ਫਕੀਰ ਬੰਦ ਕਰੋ, ਬੰਦ ਕਰੋ, ਬੰਦ ਕਰੋ। ਨਾਨਕ ਸ਼ਾਹ ਫਕੀਰ ਫਿਲਮ ਬੰਦ ਕਰੋ, ਬੰਦ ਕਰੋ, ਬੰਦ ਕਰੋ। ਨਾਨਕ ਸ਼ਾਹ ਫਕੀਰ ਫਿਲਮ ਬੰਦ ਕਰੋ, ਬੰਦ ਕਰੋ, ਬੰਦ ਕਰੋ। ਅਦਾਰਾ ਪਹਿਰੇਦਾਰ ਦੇ ਵੱਲੋਂ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਫਿਲਮ ਨਾਨਕ ਸ਼ਾਹ ਫਕੀਰ ਦੇ ਵਿਰੋਧ ਦੇ ਵਿੱਚ ਸੂਬਾ ਭਰ ਦੇ ਜ਼ਿਲ੍ਹਾ ਹੈੱਡਕੁਆਰਟਰਾਂ ਦੇ ਉੱਤੇ ਰੋਸ ਮਾਰਚ ਕਰਨ ਤੋਂ ਬਾਅਦ ਡਿਪਟੀ ਕਮਿਸ਼ਨਰ ਤੇ SDM ਦੇ ਰਾਹੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੰਗ ਪੱਤਰ ਭੇਜੇ ਗਏ ਨੇ। ਲੁਧਿਆਣਾ ਦੇ ਵਿੱਚ ਪੱਤਰਕਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਅਗਵਾਈ ਦੇ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਪੰਜਾਬੀ ਭਵਨ ਤੋਂ DC ਦਫ਼ਤਰ ਤੱਕ ਰੋਸ ਮਾਰਚ ਕੀਤਾ। ਇਸ ਉਪਰੰਤ DC ਪ੍ਰਦੀਪ ਅਗਰਵਾਲ ਨੂੰ ਮੰਗ ਪੱਤਰ ਦੇ ਕੇ ਪੰਜਾਬ ਦੇ ਮੁੱਖ ਮੰਤਰੀ ਤੋਂ ਫਿਲਮ ਦੇ ਉੱਤੇ ਪਾਬੰਦੀ ਲਾਉਣ ਤੋਂ ਲੈ ਕੇ ਫਿਲਮ ਬਣਾਉਣ ਵਾਲੇ ਨਿਰਦੇਸ਼ਕ ਦੇ ਉੱਤੇ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਪਰਚਾ ਦਰਜ ਕਰਨ ਦੀ ਮੰਗ ਵੀ ਕੀਤੀ ਗਈ ਹੈ। ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਨਾਨਕ ਸ਼ਾਹ ਫਕੀਰ ਫਿਲਮ ਦੇ ਸੰਬੰਧ ਵਿੱਚ ਜੋ ਰੋਸ ਪ੍ਰਦਰਸ਼ਨ ਲੁਧਿਆਣੇ 'ਚ ਹੋ ਰਿਹਾ, ਇੱਥੇ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਜੋ SGPC ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਹੋਰ ਕਮੇਟੀ ਗਠਿਤ ਕੀਤੀ ਹੈ ਵੀ ਅਸੀਂ ਇਹਨੂੰ ਵਾਚ ਕਰਾਂਗੇ, ਇਹ ਲੋਕ ਤਾਂ ਸਿੱਖ ਕੌਮ ਨੂੰ ਮੂਰਖ ਬਣਾ ਰਹੇ ਨੇ, ਗੁੰਮਰਾਹ ਕਰ ਰਹੇ ਨੇ। ਫਿਲਮ ਨੂੰ ਦੇਖਣ ਦਾ ਸੰਬੰਧ ਨਹੀਂ, ਸਿੱਖ ਕੌਮ ਦੀ ਮੰਗ ਇਹ ਆ ਵੀ ਇਸ ਫਿਲਮ 'ਤੇ ਪਾਬੰਦੀ ਬੈਨ ਹੋਣੀ ਚਾਹੀਦੀ, ਲੱਗਣੀ ਨਹੀਂ ਚਾਹੀਦੀ। ਸ਼੍ਰੋਮਣੀ ਕਮੇਟੀ ਦੇ ਮੈਂਬਰ ਇਹਨੂੰ ਦੇਖ ਕੇ ਕੱਲ੍ਹ ਨੂੰ ਕਹਿ ਦੇਣ ਵੀ ਇਹ ਠੀਕ ਕਰਵਾ ਦਿੱਤੀ ਹੈ, ਇਹਨੂੰ ਫਿਰ ਲਾ ਦਿਓ, ਇਹ ਕੋਈ ਮੀਨਿੰਗ ਨਹੀਂ। ਸਾਡੀ ਕੌਮ ਦੀ ਮੰਗ ਇਹ ਹੈ ਵੀ ਇਹੋ ਜਿਹੀ ਫਿਲਮ ਨਾ ਬਣਨੀ ਚਾਹੀਦੀ ਅਤੇ ਨਾ ਲੱਗਣੀ ਚਾਹੀਦੀ ਹੈ। ਕੋਈ ਵੀ ਕੈਮਰਾ, ਕੋਈ ਵੀ ਕਲਾਕਾਰ, ਕੋਈ ਵੀ ਡਾਇਰੈਕਟਰ ਗੁਰੂ ਨਾਨਕ ਸਾਹਿਬ ਦੀ ਰੂਹਾਨੀਅਤ ਨੂੰ ਕਿਵੇਂ ਕੈਮਰੇ 'ਚ ਕੈਦ ਕਰ ਸਕਦਾ? ਬੀਬੀ ਬੇਬੇ ਨਾਨਕੀ ਜੀ ਦੀ ਰੂਹਾਨੀਅਤ ਨੂੰ ਕੋਈ ਕਲਾਕਾਰ, ਕੋਈ ਡਾਇਰੈਕਟਰ, ਕੋਈ ਪ੍ਰੋਡਿਊਸਰ ਉਹਨਾਂ ਦੀਆਂ ਚੀਜ਼ਾਂ ਨੂੰ, ਉਹਨਾਂ ਦੀ ਰੂਹਾਨੀਅਤ ਨੂੰ ਕੈਮਰੇ ਵਿੱਚ ਕੈਦ ਕੀਤਾ ਹੀ ਨਹੀਂ ਜਾ ਸਕਦਾ। ਇਸ ਕਰਕੇ ਫਿਲਮ ਦੇ ਵਿੱਚ ਬਦਲੀ ਕਰਕੇ ਲਾਉਣਾ ਜਾਂ ਆਹ ਕਰਕੇ ਲਾਉਣਾ, SGPC ਵਾਲੇ ਸਿੱਖ ਕੌਮ ਨੂੰ ਮੂਰਖ ਬਣਾਉਣਾ ਛੱਡਣ, ਔਰ ਜੋ ਕੌਮ ਦੀ ਭਾਵਨਾ ਵੀ ਇਹ ਫਿਲਮ ਨਹੀਂ ਲੱਗਣੀ ਚਾਹੀਦੀ, ਔਰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਅਸੀਂ, ਜੇ ਤੁਸੀਂ ਇਹ ਫਿਲਮ ਬੈਨ ਨਾ ਕੀਤੀ ਤੇ ਉਹਦੇ ਰਿਜ਼ਲਟ ਜੋ ਸਾਹਮਣੇ ਆਉਣਗੇ ਇਹ ਤੁਸੀਂ ਆਪ ਦੇਖੋਗੇ। ਗੁਰੂ ਜੀ ਕੀ ਫਤਿਹ। ਮੈਂ ਗੁਰਮੀਤ ਸਿੰਘ ਰੰਗਰੇਟਾ, ਬਾਬਾ ਜੀਵਨ ਸਿੰਘ ਵੈਲਫੇਅਰ ਸੁਸਾਇਟੀ ਪੰਜਾਬ ਅਤੇ ਜ਼ਿਲ੍ਹਾ ਪ੍ਰੈਸ ਸਕੱਤਰ ਲੋਕ ਮੰਚ ਪੰਜਾਬ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਤੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ SGPC ਨੂੰ ਅਪੀਲ ਕਰਦਾ ਕਿ ਸਿੱਖ ਸਮਾਜ ਦੇ ਨਾਲ ਜਿਹੜੀ ਇਹ ਨਾਨਕ ਸ਼ਾਹ ਫਕੀਰ ਮੂਵੀ ਬਣਾ ਕੇ ਭਾਵਨਾਵਾਂ ਦੇ ਨਾਲ ਉਹਨਾਂ ਦੀਆਂ ਨਾਲ ਖੇਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਇਹਨਾਂ ਨੂੰ ਬੰਦ ਕੀਤਾ ਜਾਵੇ। ਇਸ ਦੇ ਨਾਲ ਸਾਰੀ ਸਿੱਖ ਸੰਗਤ ਦੇ ਅੰਦਰ ਬਹੁਤ ਵੱਡਾ ਰੋਸ ਪਾਇਆ ਜਾ ਰਿਹਾ, ਔਰ ਇਸ ਰੋਸ ਨੂੰ ਸ਼ਾਂਤ ਕਰਨ ਦੇ ਲਈ ਇਸ ਤਰ੍ਹਾਂ ਦੀਆਂ ਜਿਹੜੀਆਂ ਮੂਵੀਆਂ ਨੇ ਉਹਨਾਂ ਉੱਤੇ ਬੈਨ ਲਾਉਣਾ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਜਿਹੜੇ ਸਿੱਖ ਸੰਗਤਾਂ ਦੇ ਹਿਰਦੇ ਨੇ ਉਹ ਬਲੂੰਦਰੇ ਜਾ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਗੁਰੂ ਸਵਾਰਿਓ, ਜਿੰਨੇ ਵੀ ਦੇਸ਼ ਵਿਦੇਸ਼ ਦੇ ਵਿੱਚ ਜਾਂ ਪੰਜਾਬ ਦੇ, ਪੰਜਾਬ ਤੋਂ ਬਾਹਰ ਵਰਲਡ ਦੇ ਵਿੱਚ ਜਿੱਥੇ ਵੀ ਬੈਠੇ ਹਾਂ ਆਪਾਂ, ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆਪਾਂ DC ਸਾਹਿਬ ਦੇ ਦਫ਼ਤਰ ਜਾ ਰਹੇ ਹਾਂ, ਸੈਂਟਰ ਸਰਕਾਰ ਤੋਂ ਅਤੇ ਪੰਜਾਬ ਸਰਕਾਰ ਤੋਂ ਇਹ ਮੰਗ ਆ ਵੀ ਜੋ ਨਾਨਕ ਸਾਹਿਬ ਫਕੀਰ ਜਿਹੜੀ ਫਿਲਮ ਹੈ ਬਣੀ ਹੈ ਉਹ ਸਿੱਖੀ ਸਿਧਾਂਤਾਂ ਦੇ ਉੱਪਰ ਸਿੱਧਾ ਹਮਲਾ ਗਾ। ਸਾਡੀ ਸਿੱਖ ਕੌਮ ਕਦੇ ਵੀ ਇਹ ਚੀਜ਼ ਨੂੰ ਬਰਦਾਸ਼ਤ ਨਹੀਂ ਕਰੇਗੀ, ਕਿਸੇ ਨੂੰ ਇਜਾਜ਼ਤ ਨਹੀਂ ਦੇਵੇ ਗੁਰੂ ਸਾਹਿਬ ਦੇ ਉੱਪਰ ਉਹਨਾਂ ਦੇ ਚਿੱਤਰ ਜਾਂ ਉਹਨਾਂ ਦੀਆਂ ਫਿਲਮਾਂ ਉਹਨਾਂ ਦੇ ਉੱਪਰ ਬਣਾ ਕੇ ਕਿਸੇ ਬੰਦੇ ਦੇ ਰਾਹੀਂ ਮੂਵੀ ਦੇ ਰਾਹੀਂ ਉਹਨਾਂ ਨੂੰ ਜਾ ਕੇ ਪੇਸ਼ ਕੀਤਾ ਜਾਵੇ। ਅੱਜ ਤੱਕ ਮੁਹੰਮਦ ਸਾਹਿਬ ਦੀ ਕੋਈ ਨਾਂ 'ਤੇ ਫਿਲਮ ਨਹੀਂ ਬਣੀ, ਕੋਈ ਉਹਨਾਂ ਦੀ ਤਸਵੀਰ ਨਹੀਂ ਬਣੀ। ਸਿੱਖ ਕੌਮ ਨੂੰ ਚਾਹੀਦਾ ਜਿੰਨੇ ਵੀ ਵੀਰ ਹੈ, ਜੇ ਅਸੀਂ ਅੱਜ ਵੀ ਚੁੱਪ ਕਰਕੇ ਬੈਠੇ ਰਹੇ, ਅੱਜ ਵੀ ਅਸੀਂ ਕੁਝ ਵੀ ਨਾ ਬੋਲਿਆ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਹਮਲੇ ਨੇ ਹੋਰ ਜ਼ਿਆਦਾ ਤੇਜ਼ ਹੋ ਜਾਣੇ ਨੇ। ਇਹਦੇ ਲਈ ਅਸੀਂ ਪੂਰੇ ਜਿੰਨੇ ਵੀ ਵੀਰ ਇਕੱਠੇ ਹੋਏ ਹਾਂ, ਸਮੂਹ ਪੰਥਕ ਸਿੱਖ ਜਥੇਬੰਦੀਆਂ, ਯੂਨਾਈਟਡ ਸਿੱਖ ਪਾਰਟੀ, ਪਹਿਰੇਦਾਰ, ਹੋਰ ਵੀ ਜਿੰਨੇ ਵੀ ਵੀਰ ਨੇ ਜਿਹੜੇ ਪੰਥ ਦਰਦੀ ਵੀਰ ਨੇ ਜਿਹੜੇ ਆਪਣੇ ਦਿਲੋਂ ਗੁਰੂ ਨਾਨਕ ਸਾਹਿਬ ਨੂੰ ਦਿਲੋਂ ਜਾਣ ਤੋਂ ਪਿਆਰ ਕਰਦੇ ਨੇ,
ਅਸੀਂ ਉਹਨਾਂ ਸਾਰੇ ਵੀਰਾਂ ਨੂੰ ਪੁਰਜ਼ੋਰ ਬੇਨਤੀ ਕਰਦੇ ਹਾਂ ਵੀ ਨਾਨਕ ਸਾਹਿਬ ਫਕੀਰ ਫਿਲਮ ਜੇ ਲੱਗ ਗਈ ਇਹਦੇ ਨਤੀਜੇ ਮਾੜੇ ਹੋਣਗੇ। ਔਰ ਇਹਦੇ ਖਾਸ ਕਰ ਅਸੀਂ ਇਹ ਚੀਜ਼ ਕਹਿੰਦੇ ਹਾਂ ਵੀ ਇਹਨੂੰ ਸਰਕਾਰ ਨੂੰ ਚਾਹੀਦਾ ਵੀ ਸਿੱਖਾਂ ਦੀ ਪੂਰੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਇਹਨੂੰ ਬੈਨ ਕੀਤਾ ਜਾਵੇ, ਇਹਨੂੰ ਬੰਦ ਕੀਤਾ ਜਾਵੇ। ਇਹੋ ਜਿਹੀਆਂ ਫਿਲਮਾਂ ਦੇ ਉੱਪਰ ਕਦੇ ਵੀ ਇਜਾਜ਼ਤ ਨਾ ਦਿੱਤੀ ਜਾਵੇ ਜਿਹੜੀ ਫਿਲਮ ਸਿੱਖਾਂ ਨੂੰ ਮਨਜ਼ੂਰ ਹੀ ਨਹੀਂ। ਸਰ, ਹਲਕੇ ਰਾਫੇ ਤੋਂ MLA ਦੀ ਚੋਣ ਲੜ ਚੁੱਕੇ ਹਾਂ, ਬੜੀ ਹੀ ਮਨ ਨੂੰ ਠੇਸ ਪਹੁੰਚੀ ਜਦੋਂ ਅੱਜ ਹੁਣ ਅਸੀਂ ਆ ਸਾਰੇ ਜਿੰਨੇ ਵੀ ਮੇਰੇ ਦੋਸਤ ਮਿੱਤਰ ਜਥੇਬੰਦੀਆਂ ਜਿੱਥੋਂ ਵੀ ਹਰ ਥਾਂ ਤੋਂ ਆਏ ਹੋਏ ਨੇ, ਜਿਹੜੀ ਨਾਨਕ ਸਾਹਿਬ ਫਕੀਰ ਫਿਲਮ ਜਿਹੜੀ ਇਹ ਰਿਲੀਜ਼ ਹੋ ਰਹੀ ਆ, ਕਿਉਂਕਿ ਸਾਡੇ ਗੁਰੂਆਂ ਦੇ ਉੱਤੇ ਗੁਰੂ ਨਾਨਕ ਦੇਵ ਜੀ ਜੋ ਵੀ ਪਹਿਲੇ ਸਾਡੇ ਗੁਰੂ ਨੇ ਅਤੇ ਉਹਨਾਂ ਦੀ ਜਿਹੜੀ ਕਿਸੇ ਦੇਹਧਾਰੀ ਬੰਦੇ ਨੇ ਮਤਲਬ ਉਹਨਾਂ ਦਾ ਜਿਹੜਾ ਉਹ ਕੀਤਾ ਵਾ ਰੋਲ ਅਤੇ ਉਹਨਾਂ ਦੇ ਪਰਿਵਾਰ ਦਾ, ਕਿਉਂਕਿ ਇਹ ਬਹੁਤ ਹੀ ਨਿੰਦਣਯੋਗ ਆ, ਕਿਉਂਕਿ ਇਹ ਅੱਜ ਤੱਕ ਇਸ ਚੀਜ਼ ਨੂੰ ਕਦੇ ਹੋਇਆ ਨਹੀਂ। ਅਤੇ ਅਸੀਂ ਇਹੀ ਸਰਕਾਰ ਨੂੰ ਅਤੇ ਗੌਰਮੈਂਟ ਨੂੰ ਸਾਰਿਆਂ ਨੂੰ ਇਹੀ ਅਪੀਲ ਕਰਾਂਗੇ ਵੀ ਇਹ ਜਿਹੜੀ ਫਿਲਮ ਬਣੀ ਆ ਵੀ ਇਹਨੂੰ ਸਿਨੇਮਾ ਵਿੱਚ ਨਾ ਲੱਗਣ ਦਿੱਤਾ ਜਾਵੇ ਅਤੇ ਨਾ ਲੋਕਾਂ ਦੀ ਜਿਹੜੀ ਭਾਵਨਾ ਉਹਨਾਂ ਦੇ ਨਾਲ ਖਿਲਵਾੜ ਕੀਤਾ ਜਾਵੇ। ਮੈਂ ਸਰਦਾਰ ਕੁਲਵੰਤ ਸਿੰਘ, ਸ਼੍ਰੋਮਣੀ ਅਕਾਲੀ ਦਲ ਮਾਨ, ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਮਿਸ਼ਨਰੀ ਹਰਮੀਤ ਪ੍ਰਧਾਨ ਲੁਧਿਆਣਾ। ਮੈਂ ਸਰਕਾਰ ਨੂੰ ਬੇਨਤੀ ਕਰਨ ਜ਼ੋਰਦਾਰ ਅਪੀਲ ਕਰਨਾ ਵੀ ਸਰਕਾਰ ਇਸ ਗੁਰੂ ਨਾਨਕ ਸਾਹਿਬ ਫਕੀਰ ਦੇ ਫਿਲਮ ਦੇ ਉੱਤੇ ਪਾਬੰਦੀ ਲਾਵੇ, ਨਹੀਂ ਤਾਂ ਇਹਦੇ ਬਹੁਤ ਧਿਆਨਕ ਨਤੀਜੇ ਨਿਕਲਣਗੇ, ਇਹ ਸਿੱਖ ਕੌਮ ਬਰਦਾਸ਼ਤ ਕਦੀ ਨਹੀਂ ਕਰੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜਿਹੜੀ ਇਹਨਾਂ ਨੇ ਜੀ ਫਿਲਮ ਚਲਾਈ ਹੈਗੀ ਆ, ਬਹੁਤ ਹੀ ਮਾੜੀ ਗੱਲ ਹੈਗੀ ਆ ਵੀ ਇਹ ਫਿਲਮ ਬੰਦ ਹੋਣੀ ਚਾਹੀਦੀ ਹੈਗੀ ਹੈ, ਜੋ ਇਹਤੇ ਬੈਨ ਲੱਗਣਾ ਚਾਹੀਦਾ। ਜਿਹਨੇ ਵੀ ਇਹ ਬਣਾਈ ਹੈਗੀ ਆ ਉਹਨਾਂ 'ਤੇ ਜੋ ਵੀ ਕਾਰਵਾਈ ਬਣਦੀ ਹੈ ਸਜ਼ਾ ਦਿੱਤੀ ਜਾਵੇ। ਸਾਰੀ ਸੰਗਤ ਜਿੰਨੀ ਵੀ ਹੈਗੀ ਹੈ, ਇਹ ਸਾਰੀ ਸੰਗਤ ਅੱਗੇ ਬੇਨਤੀ ਕਰਦੇ ਹਾਂ ਇਹੀ ਗੱਲ ਵੀ ਭਾਈ ਇਹ ਫਿਲਮ ਹਮੇਸ਼ਾ ਲਈ ਬੰਦ ਕੀਤੀ ਜਾਵੇ। ਆਮ ਆਦਮੀ ਪਾਰਟੀ ਹਲਕਾ ਸਾਹਨੇਵਾਲ, ਜਿਹੜੀ ਨਾਨਕ ਸ਼ਾਹ ਫਕੀਰ ਫਿਲਮ ਸਰਕਾਰ ਧੱਕੇ ਨਾਲ ਸਿਨੇਮਾ ਵਿੱਚ ਲਗਾਉਣ ਦੀ ਕੋਸ਼ਿਸ਼ ਕਰ ਰਹੀ ਆ, ਮੈਂ ਬੇਨਤੀ ਕਰਦਾ ਸਮੁੱਚੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇਸ ਦਾ ਇਕੱਠੇ ਹੋ ਕੇ ਸਖ਼ਤ ਵਿਰੋਧ ਕੀਤਾ ਜਾਵੇ। ਇਹ ਇੱਕ ਸਿੱਖ ਕੌਮ ਨੂੰ ਨੀਵਾਂ ਦਿਖਾਉਣ ਦੀ ਖਾਤਰ ਇਹ ਫਿਲਮ ਤਿਆਰ ਕੀਤੀ ਆ। ਜਿਸ ਨੇ ਵੀ ਇਹ ਜੋ ਹਰਿੰਦਰ ਸਿੱਖ ਆ, ਅੱਜ ਸਵੇਰੇ TV 'ਤੇ ਵੀ ਉਹਦਾ ਬਿਆਨ ਚੱਲਦਾ ਸੀ, ਕੋਈ ਬੰਦਾ ਉਹਦੇ ਬਾਰੇ ਦੱਸ ਰਿਹਾ ਸੀ, ਉਹ ਕਹਿੰਦਾ ਮੇਰੇ ਬੱਸ ਦੀ ਗੱਲ ਨਹੀਂ ਰਹੀ। ਬੱਸ ਦੀ ਗੱਲ ਤਾਂ ਉਹਦੇ ਹੈਗੀ ਆ, ਕਿਉਂਕਿ ਉਹਨੇ ਸਿੱਖ ਭਾਵਨਾ ਨਾਲ ਖਿਲਵਾੜ ਕੀਤਾ। ਜੋ ਗੁਰੂ ਨਾਨਕ ਸ਼ਾਹ ਫਕੀਰ ਜਿਹੜੀ ਫਿਲਮ ਬਣਾਈ ਆ, ਉਹਦੇ ਵਿੱਚ ਆਮ ਬੰਦਿਆਂ ਨੇ ਚਾਹੇ ਮਰਦਾਨੇ ਦਾ ਰੋਲ ਆ, ਚਾਹੇ ਉਹ ਬੇਬੇ ਨਾਨਕੀ ਦਾ ਰੋਲ ਆ, ਉਹ ਆਮ ਬੰਦਿਆਂ ਰੋਲ ਕੀਤਾ ਜਿਹੜੀ ਕਿ ਸਿੱਖ ਕੌਮ ਦੇ ਵਿੱਚ ਮਨਾਹੀ ਆ। ਇਸ ਲਈ ਉਹਦੇ ਪਰਚਾ ਦਰਜ ਕਰਕੇ ਉਹ 'ਤੇ ਅੰਦਰ ਕਰਨਾ ਚਾਹੀਦਾ। ਮੇਰੀ ਦੁਬਾਰਾ ਫਿਰ ਸਮੁੱਚੀਆਂ ਨਾਨਕ ਲੇਵਾ ਜਥੇਬੰਦੀਆਂ ਨੂੰ ਅਪੀਲ ਆ ਵੀ ਇਸ ਫਿਲਮ ਦੇ ਖਿਲਾਫ਼ ਸਮੁੱਚਾ ਪੰਜਾਬ ਇਕਵਟ ਹੋਵੇ ਤਾਂ ਕਿ ਇਸ ਨੂੰ ਕਿਸੇ ਵੀ ਸਿਨੇਮੇ ਦੇ ਵਿੱਚ ਲੱਗਣ ਨਾ ਦਿੱਤਾ ਜਾਵੇ। ਜੇਕਰ ਸਰਕਾਰ ਨੇ ਧੱਕੇ ਨਾਲ ਇਹਨੂੰ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸ ਦੇ ਗੰਭੀਰ ਸਿੱਟੇ ਨਿਕਲਣਗੇ, ਇਹਦੀ ਸਾਰੀ ਜ਼ਿੰਮੇਵਾਰੀ ਸਰਕਾਰ ਸਿਰ ਹੋਵੇਗੀ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਮੂਹ ਨਾਨਕ ਲੇਵਾ ਸਿੱਖ ਸੰਗਤ, ਆਪਾਂ ਸਾਰੇ ਪਲੀਪਤੀ ਜਾਣਦੇ ਹਾਂ ਵੀ ਅੱਜ ਤੋਂ ਪਹਿਲਾਂ ਜਿਹੜੀ ਵੀ ਫਿਲਮ ਆ, ਜਿਹੜੀਆਂ ਅੱਜ ਆਪ ਸਾਡੇ 'ਤੇ ਆ ਗੁਰੂ ਨਾਨਕ ਸਾਹਿਬ ਦੀ ਫਿਲਮ ਬਣੀ ਆ, ਅੱਜ ਤੋਂ ਪਹਿਲਾਂ ਕਿੰਨੇ ਸਾਡੇ ਯੋਧੇ ਹੋਏ ਨੇ ਅਤੇ ਕਿੰਨੇ ਸਾਡੇ ਦੇ ਵਿੱਚ ਬਾਬਾ ਜਰਨੈਲ ਸਿੰਘ ਜਿਹੜੇ ਇਤਿਹਾਸ ਆਪਣਾ ਲਿਖ ਕੇ ਗਏ ਨੇ ਆਪਣੇ ਹੱਥਾਂ ਦੇ ਨਾਲ, ਕਿ ਉਹਨਾਂ ਤੋਂ ਵੀ ਵੱਡੇ ਇਹ ਵਿਦਵਾਨ ਨੇ ਜਿਹੜੇ ਅੱਜ ਇਹਨਾਂ ਨੂੰ ਇਜਾਜ਼ਤ ਦੇ ਰਹੇ ਨੇ ਫਿਲਮ ਲੱਗਣ ਵਾਸਤੇ। ਬਾਕੀ ਜਿਹੜੀਆਂ ਸਾਡੀਆਂ ਫਿਲਮਾਂ ਬੈਨ ਹੋਈਆਂ ਨੇ, ਜਿੱਦਾਂ ਜੁਗਰਾਜ ਸਿੰਘ ਤੂਫਾਨ, ਧਰਮਯੁੱਧ ਮੋਰਚਾ, ਉਹ ਸਰਕਾਰਾਂ ਕਹਿੰਦੇ ਸੀ ਇਹਨਾਂ ਦੇ ਨਾਲ ਭੜਕਾਵਾਜੀ ਹੋਏਗੀ ਅਤੇ ਇਹਨਾਂ ਨੂੰ ਅਸੀਂ ਬੈਨ ਕਰਨਾ ਆ, ਅਤੇ ਇਹਦੇ ਨਾਲ ਸਾਰੀ ਸਿੱਖ ਜਗਤ ਨੂੰ ਭੜਕਾਅ ਹੋ ਰਿਹਾ ਅਤੇ ਸਿੱਖ ਸੰਗਤ ਦਾ ਸਿਰ ਨੀਵਾਂ ਹੋ ਰਿਹਾ ਅਤੇ ਸਾਰੇ ਇਹ ਚੀਜ਼ ਤੋਂ ਵਿਰੋਧ ਕਰਦੇ ਪਏ ਨੇ, ਅਤੇ ਇਹਨੂੰ ਬੈਨ ਕਿਉਂ ਨਹੀਂ ਹੋ ਰਿਹਾ।
ਤੋਂ ਅਸੀਂ ਬੇਨਤੀ ਕਰਦੇ ਹਾਂ ਵੀ ਸਾਡੀਆਂ ਭਾਵਨਾ ਦੇ ਨਾਲ ਖਿਲਵਾੜ ਨਾ ਕਰੋ। ਇਹ ਜਿਹੜੀਆਂ ਤੁਸੀਂ ਚੰਗਿਆਰੀਆਂ ਸਾਡੇ 'ਤੇ ਲਾਉਣ ਲੱਗੇ ਹੋ ਕਦੇ ਕਿਸੇ ਚੀਜ਼ ਦੀਆਂ ਕਦੇ ਕਿਸੇ ਚੀਜ਼ ਦੀਆਂ, ਇਹਨਾਂ ਨੂੰ ਬੰਦ ਕਰ ਦਿਓ। ਇਹਨਾਂ ਦੇ ਨਤੀਜੇ ਇੰਨੇ ਕੁ ਖਤਰਨਾਕ ਨਿਕਲਣਗੇ ਜੇ ਤੁਸੀਂ ਇਹਨੂੰ ਲਾ ਦਿੱਤਾ, ਅਤੇ ਤੁਸੀਂ ਜਿਹੜੇ ਬੰਦੇ ਇਹਦੇ ਵਿੱਚ ਸ਼ਮੂਲੀਅਤ ਕਰ ਰਹੇ ਨੇ, ਜਿੰਨੇ ਵੀ ਲੋਕ ਇਹਨਾਂ ਨੂੰ ਪ੍ਰਮੋਟ ਕਰ ਰਹੇ ਨੇ, ਉਹ ਆਪਣੇ ਆਪ ਦਾ ਕਿਹਾ ਵਿਚਾਰ ਲੈਣ। ਬਾਕੀ ਜੋ ਗੁਰੂ ਸਾਹਿਬ ਨੂੰ ਮਨਜ਼ੂਰ ਹੋਏਗਾ ਫਿਰ ਉਹੀ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਨੂੰ ਮੁੱਢ ਤੋਂ ਹੀ ਬੜੀਆਂ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪਿਆ, ਅਤੇ ਅੱਜ ਸਾਡੇ ਲਈ ਸਭ ਤੋਂ ਨਮੋਸ਼ੀ ਦਾ ਜਿਹੜਾ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਾਨਕ ਸ਼ਾਹ ਫਕੀਰ ਇੱਕ ਅਖੌਤੀ ਫਿਲਮ ਨੂੰ ਜਿਹੜੀ ਹਰੀ ਝੰਡੀ ਦਿੱਤੀ ਹੈ, ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਲੁਧਿਆਣਾ ਦਿਹਾਤੀ ਦੀ ਇਕਾਈ ਅੱਜ ਇੱਥੇ DC ਸਾਹਿਬ ਨੂੰ ਮੰਗ ਪੱਤਰ ਦੇਣ ਲਈ ਜਿਹੜਾ ਪਹਿਰੇਦਾਰ ਨੇ ਪ੍ਰੋਗਰਾਮ ਉਲੀਕਿਆ ਉਹਦੇ ਵਿੱਚ ਆਪਣੀ ਸ਼ਮੂਲੀਅਤ ਕਰਦੇ ਹਾਂ, ਔਰ ਪੰਥ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਆਪਾਂ ਨੂੰ ਸਭ ਨੂੰ ਇਕੱਠੇ ਹੋ ਕੇ ਇਹ ਜਿਹੜਾ ਵਾਰ ਹੈ ਇਹ ਸਰਸੇ ਵਾਲੇ ਦੇ ਸਵਾਂਗ ਰਚਣ ਨਾਲੋਂ ਵੀ ਵੱਡਾ ਵਾਰ ਹੈ, ਕਿਉਂਕਿ ਅੱਜ ਸਾਡੇ ਗੁਰੂ ਸਾਹਿਬਾਨ ਨੂੰ ਕਿਸੇ ਇਨਸਾਨ ਦੁਆਰਾ ਉਹਦੇ ਕਿਰਦਾਰ ਦੇ ਵਿੱਚ ਦਿਖਾਇਆ ਜਾਂਦਾ, ਅਤੇ ਕੱਲ੍ਹ ਨੂੰ ਜਿਵੇਂ ਹਨੂੰਮਾਨ ਬਾਜ਼ਾਰਾਂ ਦੇ ਵਿੱਚ ਪੂੰਛ ਲਾ ਕੇ 10-10 ਰੁਪਈਏ ਮੰਗਦੇ ਫਿਰਦੇ ਨੇ, ਇੱਥੇ ਤੱਕ ਨੌਬਤ ਆ ਜਾਣੀ ਹੈ। ਅਤੇ ਆਪਾਂ ਸਮੇਂ ਰਹਿੰਦੇ ਜੇ ਕੌਮ ਨੂੰ ਨਾ ਹਲੂਣਾ ਦਿੱਤਾ, ਜਿਹੜੀ ਕੌਮ ਦੀ ਪਹਿਰੇਦਾਰੀ ਪਹਿਰੇਦਾਰ ਅਖਬਾਰ ਕਰ ਰਿਹਾ ਉਹ ਵੀ ਵਧਾਈ ਦਾ ਪਾਤਰ ਹੈ, ਅਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇਸ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਲਾ ਕੇ ਚੱਲਣ ਦਾ ਪ੍ਰਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਸਮੂਹ ਸੰਗਤ ਨੂੰ ਜਾਣਕਾਰੀ ਇਸ ਚੀਜ਼ ਦੀ ਬਈ ਸਿੱਖ ਵਿਰੋਧੀ ਤਾਕਤਾਂ ਵੱਲੋਂ ਪਿਛਲੇ ਸਮੇਂ ਤੋਂ ਤਕਰੀਬਨ 2-3 ਸਾਲ ਤੋਂ ਇਹ ਕੋਸ਼ਿਸ਼ ਕੀਤੀ ਜਾ ਰਹੀ ਆ ਫਿਲਮ ਨਾਨਕ ਸ਼ਾਹ ਫਕੀਰ ਨੂੰ ਚਲਾਉਣ ਦੀ। 2 ਸਾਲ ਪਹਿਲਾਂ ਵੀ ਸਾਰੇ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੇ ਰਲ ਕੇ ਹੰਭਲਾ ਮਾਰਿਆ ਸੀ ਅਤੇ ਉਹਨੂੰ ਰੋਕਿਆ ਸੀ। ਅੱਜ ਅਸੀਂ ਸਾਰੇ ਸਰਬੱਤ ਖਾਲਸਾ ਲਹਿਰ, ਇੰਟਰਨੈਸ਼ਨਲ ਸਿੱਖ ਔਰਗੇਨਾਈਜੇਸ਼ਨ ਅਤੇ ਹੋਰ ਜਥੇਬੰਦੀਆਂ DC ਲੁਧਿਆਣਾ ਨੂੰ ਇਹ ਮੰਗ ਪੱਤਰ ਦੇਣ ਆਏ ਹਾਂ ਵੀ ਪੰਜਾਬ ਸਰਕਾਰ ਇਹਦੇ 'ਤੇ ਬਿਲਕੁਲ ਪਾਬੰਦੀ ਲਾਏ। ਅਸੀਂ ਇਹ ਵੀ ਮੰਗ ਕਰਦੇ ਹਾਂ ਪ੍ਰਧਾਨ ਮੰਤਰੀ ਤੋਂ ਵੀ ਸਾਰੇ ਦੇਸ਼ ਵਿੱਚ ਇਹ 'ਚ ਪਾਬੰਦੀ ਲਾਏ, ਲੇਕਿਨ ਜੇ ਪੰਜਾਬ ਦੇ ਵਿੱਚ ਚੱਲੀ ਤਾਂ ਸਾਰੀਆਂ ਸਿੱਖ ਜਥੇਬੰਦੀਆਂ ਡਟ ਕੇ ਵਿਰੋਧ ਕਰਨਗੀਆਂ। ਅਸੀਂ ਵੀ ਸਾਰੇ ਫਿਲਮ ਲੱਗਣ ਨਹੀਂ ਦਿਆਂਗੇ, ਔਰ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਇਹਨੂੰ ਰੋਕਿਆ ਜਾਏ ਫਿਲਮ ਨੂੰ, ਕਿਉਂਕਿ ਇਹ ਜਿਹੜੀ ਸਾਡੇ 'ਤੇ ਜਜ਼ਬਾਤੀ ਹਮਲਾ, ਇਹਨੂੰ ਸਿੱਖ ਕੌਮ ਕਿਸੇ ਵੀ ਹਾਲਤ 'ਚ ਬਰਦਾਸ਼ਤ ਨਹੀਂ ਕਰ ਸਕਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਮਹਿਦੂਦਾਂ ਦੀ ਰਿਪੋਰਟ।